ਮੈਨੂੰ ਸ਼ੁਰੂ ਤੋਂ ਹੀ ਕ੍ਰਿਕਟ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਜਦੋਂ ਮੋਗੇ ਦੀ ਹਰਮਨਪ੍ਰੀਤ ਕੌਰ ਦਾ ਨਾਮ ਉੱਚਾ ਹੋਇਆ ਅਤੇ ਉਸ ਤੋਂ ਬਾਅਦ ਤਾਂ ਮੈਨੂੰ ਇੱਦਾਂ ਹੋ ਗਿਆ ਸੀ ਕਿ ਜਦੋਂ ਹਰਮਨਪ੍ਰੀਤ ਕੌਰ ਇੱਦਾਂ ਦੀ ਐਡੀ ਵੱਡੀ ਓਪਰਚੁਨਿਟੀ ਕਰ ਸਕਦੀ ਹੈ ਤਾਂ ਸ਼ਾਇਦ ਮੈਂ ਵੀ ਕਰ ਸਕਦੀ ਹਾਂ। ਅੱਜ ਇੰਨੀ ਖੁਸ਼ੀ ਹੈ, ਅੱਜ ਸਾਡੀ ਬੇਟੀ ਪਹਿਲਾਂ ਪੰਜਾਬ ਦੀ ਬੇਟੀ ਹੈ, ਫਿਰ ਮਾਨਸਾ ਦੀ ਬੇਟੀ ਹੈ, ਫਿਰ ਸਾਡੀ ਬੇਟੀ ਹੈ। ਅਸੀਂ ਚਾਹੁੰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਬਹੁਤ ਕਾਮਯਾਬੀਆਂ ਬਖਸ਼ੇ, ਮਿਹਨਤ ਕਰੇ ਅਤੇ ਜਲਦੀ ਇੰਡੀਅਨ ਵੂਮੈਨ ਟੀਮ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੀ ਨਜ਼ਰ ਆਵੇ। ਸਰ ਜੀ, ਮੇਰੀ ਮਿਹਨਤ 'ਤੇ ਡਿਪੈਂਡ ਕਰਦਾ, ਜੇ ਮੈਂ ਇੱਥੇ ਹੁਣ ਪੰਜਾਬ ਦੀ ਟੀਮ ਵਿੱਚ ਆ ਕੇ ਵਧੀਆ ਸਕੋਰ ਕਰਾਂਗੀ ਤਾਂ ਡੈਫੀਨੇਟਲੀ ਆਈ ਐਮ ਸ਼ੋਰ ਅਬਾਊਟ ਦਿਟ ਕਿ ਮੈਂ ਇੰਡੀਆ ਖੇਡ ਸਕਦੀ ਹਾਂ। ਸਰ ਮੈਂ ਦੁਆ ਕਰਦਾਂਗਾ ਸ਼ਬਨਮ ਨੂੰ ਨੈਸ਼ਨਲ ਦੇ ਵਿੱਚ ਉਹ ਚੰਗਾ ਪਰਫਾਰਮ ਕਰੇ ਅਤੇ ਇੰਡੀਆ ਦੇ ਲਈ ਉਹ ਆਪਣੀ ਜਗ੍ਹਾ ਪੱਕੀ ਕਰੇ ਅਤੇ ਡਿਜ਼ਰਵ ਕਰੇ। ਸਾਡੀ ਇਹੀ ਉਮੀਦ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇੰਡੀਆ ਦੇ ਲਈ ਖੇਡਣ ਨੂੰ ਮਿਲੂਗਾ। ਮਾਨਸਾ ਦੀ ਕ੍ਰਿਕਟ ਖਿਡਾਰਨ ਸ਼ਬਨਮ ਗਾਂਧੀ ਦੀ ਪੰਜਾਬ ਦੀ ਸੀਨੀਅਰ ਟੀਮ ਵਿੱਚ ਚੋਣ ਹੋ ਗਈ ਹੈ, ਜਿਸ ਨਾਲ ਸ਼ਬਨਮ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ ਸ਼ਬਨਮ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸ਼ਬਨਮ ਜ਼ਿਲ੍ਹੇ ਭਰ ਵਿੱਚ ਪਹਿਲੀ ਅਜਿਹੀ ਕੁੜੀ ਹੈ ਜਿਸ ਨੂੰ ਪੰਜਾਬ ਦੀ ਮਹਿਲਾ ਕ੍ਰਿਕਟ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ। ਉਧਰ ਇਸ ਖੁਸ਼ੀ ਦੇ ਮੌਕੇ ਤੇ ਸ਼ਬਨਮ ਨੇ ਕਿਹਾ ਕਿ ਜੇਕਰ ਉਹ ਪੰਜਾਬ ਦੀ ਟੀਮ ਲਈ ਵਧੀਆ ਪ੍ਰਦਰਸ਼ਨ ਕਰੇਗੀ ਤਾਂ ਉਹ ਆਉਣ ਵਾਲੇ 1-2 ਸਾਲ ਵਿੱਚ ਭਾਰਤ ਲਈ ਵੀ ਖੇਡ ਸਕੇਗੀ। ਸਰ ਐਕਚੁਲੀ ਮੈਨੂੰ ਸ਼ੁਰੂ ਤੋਂ ਹੀ ਕ੍ਰਿਕਟ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਜਦੋਂ ਮੋਗੇ ਦੀ ਹਰਮਨਪ੍ਰੀਤ ਕੌਰ ਦਾ ਨਾਮ ਉੱਚਾ ਹੋਇਆ ਅਤੇ ਉਸ ਤੋਂ ਬਾਅਦ ਤਾਂ ਮੈਨੂੰ ਇੱਦਾਂ ਹੋ ਗਿਆ ਸੀ ਕਿ ਜਦੋਂ ਹਰਮਨਪ੍ਰੀਤ ਕੌਰ ਇੱਦਾਂ ਦੀ ਐਡੀ ਵੱਡੀ ਓਪਰਚੁਨਿਟੀ ਕਰ ਸਕਦੀ ਹੈ ਤਾਂ ਸ਼ਾਇਦ ਮੈਂ ਵੀ ਕਰ ਸਕਦੀ ਹਾਂ। ਤਾਂ ਮੈਂ ਸਭ ਤੋਂ ਵੱਧ ਮਿਹਨਤ ਕੀਤੀ, ਮੇਰੇ ਹੈਰੀ ਸਰ ਨੇ ਸਭ ਤੋਂ ਵੱਧ ਮੇਰਾ ਸਾਥ ਦਿੱਤਾ, ਆਪਣਾ ਗਰਾਊਂਡ ਦਿੱਤਾ, ਆਲ ਦਾ ਡੇ ਮੈਨੂੰ ਪ੍ਰੈਕਟਿਸ ਕਰਾਈ, ਸਾਰਾ ਦਿਨ ਮੇਰੀ ਪ੍ਰੈਕਟਿਸ 'ਤੇ ਮੇਰੇ ਨਾਲ ਰਹਿੰਦੇ ਸੀ, ਆਪ ਵੀ ਖੁਦ ਬੋਲਸ ਮੈਨੂੰ ਕਰਾਉਂਦੇ ਸੀ ਕਿ ਤੂੰ ਵਧੀਆ ਬਣਨਾ, ਐਂਡ ਤੱਕ ਜਾਣਾ। ਅਤੇ ਅੱਗੇ ਰਹੀ ਸੈਕਟਰੀ ਸਾਹਿਬ ਦੀ ਗੱਲ, ਅਤੇ ਮੇਰੇ ਸਰ ਜੀ ਇਹ ਵੀ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ, ਮੇਰੇ ਕੋਚ ਮੈਨੂੰ ਡੇਲੀ ਦੇਖਣ ਆਉਂਦੇ ਸੀ ਗਰਾਊਂਡ ਵਿੱਚ ਕੀ ਚੱਲ ਰਿਹਾ, ਕਿੱਦਾਂ ਚੱਲ ਰਿਹਾ, ਵਧੀਆ ਕਰ ਰਹੀ ਹੈ ਸ਼ਬਨਮ, ਮੈਨੂੰ ਹੋਰ ਐਪਰੀਸ਼ੀਏਟ ਕਰਦੇ ਸੀ। ਜਿਹੜੀ ਚੀਜ਼, ਜਿਹੜਾ ਸਮਾਨ ਮੈਨੂੰ ਨੀਡ ਹੁੰਦੀ ਹੈ ਉਹ ਵੀ ਮੈਨੂੰ ਪ੍ਰੋਪਰ ਹੀ ਸਰ ਦੇ ਮੁਤਾਬਿਕ ਦਿੱਤਾ ਜਾਂਦਾ। ਗਲਵਸ ਦੀ ਲੋੜ ਹੈ ਤਾਂ ਮੈਨੂੰ ਗਲਵਸ ਮਿਲਦੇ ਆ, ਜੋ ਵੀ ਮੈਨੂੰ ਨੀਡ ਹੋਵੇ ਮੈਨੂੰ ਸਭ ਮਿਲਦਾ। ਹਾਂਜੀ ਸਰ, ਬਿਲਕੁਲ ਸਰ ਜੀ, ਮੇਰੀ ਮਿਹਨਤ 'ਤੇ ਡਿਪੈਂਡ ਕਰਦਾ, ਜੇ ਮੈਂ ਇੱਥੇ ਹੁਣ ਪੰਜਾਬ ਦੀ ਟੀਮ ਵਿੱਚ ਆ ਕੇ ਵਧੀਆ ਸਕੋਰ ਕਰਾਂਗੀ ਤਾਂ ਡੈਫੀਨੇਟਲੀ ਆਈ ਐਮ ਸ਼ੋਰ ਅਬਾਊਟ ਦਿਟ ਕਿ ਮੈਂ ਇੰਡੀਆ ਖੇਡ ਸਕਦੀ ਹਾਂ। ਸਰ ਯੋਗਦਾਨ, ਸਭ ਤੋਂ ਪਹਿਲਾਂ ਜੀ ਯੋਗਦਾਨ ਉਹ ਬੇਟੀ ਦਾ ਜਿਹਨੇ ਮਿਹਨਤ ਕੀਤੀ ਹੈ, ਪਰ ਉਹਦੀ ਗੇਮ ਦੇਖ ਕੇ ਜਗਮੋਹਨ ਜੋ ਸੈਕਟਰੀ ਨੇ ਜਗਮੋਹਨ ਸਿੰਘ ਜੀ, ਉਹਨਾਂ ਦੇ ਨਾ ਮੇਰੇ ਕਜ਼ਨ ਬ੍ਰਦਰ ਪਿੰਚੂ ਨਾਲ ਵਧੀਆ ਰਿਲੇਸ਼ਨ ਸੀ, ਉਹਨਾਂ ਨੇ ਸਾਨੂੰ ਰਾਬਤਾ ਕਾਇਮ ਕਰਿਆ ਅਤੇ ਸਾਨੂੰ ਕੰਪੈਲ ਕਰਿਆ ਵੀ ਲੜਕਾ ਲੜਕੀ ਦੇ ਭੇਦਭਾਵ ਨੂੰ, ਫਰਕ ਨੂੰ ਨਾ ਦੇਖਦੇ ਹੋਏ ਤੁਸੀਂ ਬੱਚੀ ਨੂੰ ਇਸ ਗੇਮ 'ਚ ਲੈ ਕੇ ਆਓ, ਮੇਰੀ ਬੱਚੀ ਤੁਹਾਡੀ ਕਾਮਯਾਬ ਹੋਏਗੀ, ਮੈਂ ਇਸ 'ਤੇ ਬਣਦੀ ਮਿਹਨਤ ਕਰੂੰਗਾ। ਪਰ ਜਿੱਥੋਂ ਤੱਕ ਮੈਂ ਕਹਿਣਾ ਚਾਹੁੰਦਾ, ਬਾਈ ਦਲਰਾਜ ਸਿੰਘ ਜੀ ਭੂੰਦੜ ਨੇ, MLA ਸਦੂਲਗੜ ਜੋ ਪ੍ਰੈਜੀਡੈਂਟ ਨੇ, ਸੈਕਟਰੀ ਜੀ ਨੇ ਸ਼੍ਰੀ ਜਗਮੋਹਨ ਜੀ ਅਤੇ ਆਪਣੇ ਸ਼ਰਮਾ ਜੀ ਸਾਡੇ ਇਹਨਾਂ ਦੇ ਕੋਚ ਸੀਗੇ, ਇਹਨਾਂ ਨੇ ਉਸ ਬੱਚੀ ਦੇ ਉੱਪਰ ਇੰਨੀ ਕੁ ਮਿਹਨਤ ਕਰੀ ਹੈ, ਅਸੀਂ ਇਹ ਗੱਲ ਬੜੇ ਉਸ ਮਾਣ ਨਾਲ ਕਹਿ ਸਕਦੇ ਹਾਂ ਵੀ ਸਾਨੂੰ ਇਸ ਗੱਲ ਕਹਿਣ 'ਚ ਕੋਈ ਗਰੇਜ਼ ਨਹੀਂ ਵੀ ਜਿੰਨੀ ਮਿਹਨਤ ਇਹਨਾਂ ਨੇ ਕਰੀ ਹੈ ਉਸ ਬੱਚੀ 'ਤੇ, ਸ਼ਾਇਦ ਅਸੀਂ ਆਪਣੇ ਮਾਂ ਬਾਪ ਹੋ ਕੇ ਵੀ ਉਹ ਇੰਨੀ ਮਿਹਨਤ ਨਾ ਕੀਤੀ ਹੋਵੇ, ਚਾਹੇ ਉਹ ਭੂੰਦੜ ਸਾਹਿਬ ਨੇ, ਚਾਹੇ ਜਗਮੋਹਨ ਜੀ ਨੇ, ਚਾਹੇ ਕੋਚ ਜੀ ਨੇ। ਅੱਜ ਇੰਨੀ ਖੁਸ਼ੀ ਹੈ, ਅੱਜ ਸਾਡੀ ਬੇਟੀ ਪਹਿਲਾਂ ਪੰਜਾਬ ਦੀ ਬੇਟੀ ਹੈ, ਫਿਰ ਮਾਨਸਾ ਦੀ ਬੇਟੀ ਹੈ, ਫਿਰ ਸਾਡੀ ਬੇਟੀ ਹੈ। ਅਸੀਂ ਚਾਹੁੰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਬਹੁਤ ਕਾਮਯਾਬੀਆਂ ਬਖਸ਼ੇ, ਮਿਹਨਤ ਕਰੇ ਅਤੇ ਜਲਦੀ ਇੰਡੀਅਨ ਵੂਮੈਨ ਟੀਮ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੀ ਨਜ਼ਰ ਆਵੇ, ਜੋ ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਪਰਿਵਾਰ ਨੂੰ, ਬੇਟੀ ਸ਼ਬਨਮ ਨੂੰ ਇਸ ਚੀਜ਼ ਦੀ ਵਧਾਈ ਦੇਵਾਂ। ਇਹ ਇੱਕ ਇਕੱਲੀ ਜਿਹੜੀ ਸਿਲੈਕਸ਼ਨ ਹੈ ਨਾ, ਜਿੱਥੇ ਦੀ ਕਾਬਲੀਅਤ ਸੀ ਉੱਥੇ ਮਾਨਸਾ ਜ਼ਿਲ੍ਹੇ ਜਿੱਥੇ ਪਛੜਿਆ ਸੀ ਨਾ, ਇਸ ਲੜਕੀ ਨੇ ਇੱਕ ਬਹੁਤ ਵੱਡਾ ਰਾਹ ਬਣਾਤਾ, ਕਿਉਂਕਿ ਜਿਸ ਤਰ੍ਹਾਂ ਦੀ ਆਪਣੀ ਸੋਚ ਸੀ ਆਪਾਂ ਧੀਆਂ ਪ੍ਰਤੀ, ਕਿਉਂਕਿ ਇਸ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਦੀ ਲੋਕਾਂ ਦੀ ਸੋਚ ਸੀ, ਇਹਨੇ ਜਿਹੜੀ ਦਿੱਖ ਲਿਆਂਦੀ ਹੈ ਇਸ ਬੱਚੀ ਦੇ ਕਰਕੇ, ਪਤਾ ਨਹੀਂ ਕਿੰਨੀਆਂ ਹੋਰ ਬੱਚੀਆਂ ਦਾ ਭਲਾ ਹੋਣਾ ਜਿਨ੍ਹਾਂ ਨੂੰ ਜਾ ਕੇ ਖੇਡਣ ਦਾ ਮੌਕਾ ਮਿਲੂ,
ਮਾਂ ਪਿਓ ਦੀ ਸੋਚ ਬਦਲੂ, ਇਲਾਕੇ ਦੀ ਸੋਚ ਬਦਲੂ। ਅਤੇ ਪਰਮਾਤਮਾ ਕੋਲ ਇਹੀ ਅਰਦਾਸ ਕਰਦੇ ਹਾਂ, ਬਹੁਤ ਐਫਰਟਸ ਨਾਲ ਇਹਨੇ ਆਪਦੀ ਨਾਲ ਸਿਲੈਕਟ ਹੋਈ ਹੈ, ਅਤੇ ਸਾਡੀਆਂ ਅਰਦਾਸਾਂ ਵੀ ਜ਼ਿੰਦਗੀ 'ਚ ਬਹੁਤ ਅੱਗੇ ਵਧੇ। ਕ੍ਰਿਕਟ ਐਸੋਸੀਏਸ਼ਨ ਦੇ ਬਤੌਰ ਅਸੀਂ ਜਿੱਥੇ ਵੀ ਜਿੰਨੀ ਵੀ ਇਹਦੀ ਮਦਦ ਕਰ ਸਕਾਂਗੇ, ਹਮੇਸ਼ਾ, ਅੱਜ ਨਹੀਂ ਹਮੇਸ਼ਾ, ਇਹਦੀ ਮਦਦ ਕਰਾਂਗੇ। ਅਤੇ ਹੋਰ ਵੀ ਜੋ ਪਲੇਅਰਸ ਹੈ, ਮੈਂ ਇੱਕ ਇੰਡੀਕੇਸ਼ਨ ਇਕੱਲੇ ਲੜਕੀਆਂ ਨੂੰ, ਲੜਕਿਆਂ ਨੂੰ, ਸਾਰਿਆਂ ਨੂੰ ਦੇਣਾ ਚਾਹੁੰਦਾ ਵੀ ਜੇ ਇੱਕ ਬੱਚੀ ਆਪਣੇ ਏਰੀਏ 'ਚੋਂ ਪਹਿਲਾਂ ਸ਼ੂਟਿੰਗ 'ਚ, ਹੋਰ ਥਾਵਾਂ 'ਤੇ ਜਿੱਥੇ ਜਿੱਥੇ ਕਿੰਨੇ ਇਸ ਇਲਾਕੇ 'ਚੋਂ ਤਰੱਕੀ ਕੀਤੀ ਹੈ, ਜੋ ਨੌਜਵਾਨ ਛੋਟੇ ਬੱਚੇ ਹੈ ਹੋਰ ਇਹਨਾਂ ਤੋਂ ਸਿੱਖਿਆ ਲੈਣ, ਦੇਖਣ, ਜੇ ਕਰ ਸਕਦੇ ਤਾਂ ਕੋਈ ਵੀ ਕਰ ਸਕਦਾ, ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਬੇਟੀ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ। ਹਾਂਜੀ, ਅੱਜ ਸਾਡੇ ਲਈ ਬਹੁਤ ਮਾਣ ਦੀ ਗੱਲ ਹੈਗੇ ਕਿ ਜੋ ਅਸੀਂ ਪਿਛਲੇ  6 ਸਾਲਾਂ ਤੋਂ ਸਾਡੀ ਲੜਕੀ ਸ਼ਬਨਮ ਗਾਂਧੀ ਮਿਹਨਤ ਕਰ ਰਹੀ ਸੀ, ਉਹ ਰੰਗ ਲੈ ਕੇ ਆਈ, ਅੱਜ ਵੂਮੈਨ ਸੀਨੀਅਰ ਦੇ ਵਿੱਚ ਉਹਦੀ ਸਿਲੈਕਸ਼ਨ ਹੋਈ ਪੰਜਾਬ ਟੀਮ ਦੇ ਵਿੱਚ। ਅਤੇ ਜਦੋਂ ਉਹ ਸਾਡੇ ਕੋਲ 6-7 ਸਾਲ ਪਹਿਲਾਂ ਆਈ ਸੀ, ਫਸਟ ਟਾਈਮ ਉਹ 2014 ਦੇ ਵਿੱਚ ਅੰਡਰ ਡਿਸਟ੍ਰਿਕਟ ਖੇਡੀ ਸੀਗੀ। ਉਸ ਤੋਂ ਬਾਅਦ ਉਹ ਲਗਾਤਾਰ ਤਿਆਰੀ ਕਰਦੀ ਰਹੀ। ਇੱਕ ਹੋਰ ਬਹੁਤ ਮਾਣ ਦੀ ਗੱਲ ਆ ਮਾਨਸਾ ਦੇ ਲਈ ਕਿ ਉਹ ਆਪਣੇ ਮਾਨਸਾ ਦੀ ਉਹ ਪਹਿਲੀ ਲੜਕੀ ਆ ਜੋ ਇੱਕ ਪੰਜਾਬ ਦੀ ਟੀਮ ਦੇ ਵਿੱਚ ਸਿਲੈਕਟ ਹੋਈ ਹੈਗੀ। ਜਦੋਂ ਉਹ ਸ਼ੁਰੂ ਤੋਂ ਆਉਂਦੀ ਸੀ, ਉਹ ਇੱਕ ਲੜਕੀ ਨੇ ਇੱਕ ਲੜਕਿਆਂ ਦੀ ਤਰ੍ਹਾਂ ਮਿਹਨਤ ਕਰਦੀ ਸੀਗੀ, ਦਿਨ ਰਾਤ ਮਿਹਨਤ ਕਰਦੀ ਸੀ। ਉਹ ਆਪਣੇ ਪੇਰੈਂਟਸ ਉਸਦੇ ਬਹੁਤ ਮਨਾ ਕਰਦੇ ਸੀ, ਸਾਡੀ ਲੜਕੀ ਹੈਗੀ ਜੀ, ਇਹ ਚੰਗੀ ਐਜੂਕੇਸ਼ਨ ਹੈਗੀ, ਵੀ ਤੁਸੀਂ ਮੇਰੇ ਨਾਲ ਬਹੁਤ ਰਾਇ ਕਰਦੇ ਸੀ। ਮੈਂ ਉਹਨਾਂ ਨੂੰ ਇੱਕ ਹੀ ਰਾਇ ਦਿੰਦਾ ਸੀ ਵੀ ਇਹ ਹੋਰ ਲੜਕੀਆਂ ਨੂੰ ਬਹੁਤ ਹੀ ਅਲੱਗ ਲੜਕੀ ਹੈਗੀ, ਤੁਸੀਂ ਇਸ ਨੂੰ ਥੋੜ੍ਹਾ ਜਿਹਾ ਮੋਟੀਵੇਟ ਕਰੋ ਤਾਂ ਇਹ ਇੱਕ ਮਾਨਸਾ ਲਈ ਰੋਲ ਮਾਡਲ ਬਣ ਸਕਦੀ ਹੈਗੀ। ਤਾਂ ਅੱਜ ਉਹ ਆਪਾਂ ਨੂੰ ਅਚੀਵਮੈਂਟ ਮਿਲ ਚੁੱਕੀ ਹੈਗੀ, ਅਤੇ ਉਸਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ, ਬਹੁਤ ਹੀ ਸੱਟਾਂ ਖਾਧੀਆਂ, ਦਿਨ ਰਾਤ ਮਿਹਨਤ ਕੀਤੀ, ਸੁਬਾਹ ਗਰਾਊਂਡ ਦੇ ਵਿੱਚ, ਰਾਤ ਅਕੈਡਮੀ ਦੇ ਵਿੱਚ ਪ੍ਰੈਕਟਿਸ ਪੂਰੀ, ਵੀ ਦਿਨ ਰਾਤ ਉਹਨੇ ਪੂਰੀ ਮਿਹਨਤ ਕੀਤੀ ਹੈ। ਤਾਂ ਅੱਜ ਉਹਨੂੰ ਇਹ ਅਚੀਵਮੈਂਟ ਮਿਲੀ ਹੈਗੀ। ਹੁਣ ਉਹਦੀ ਸਿਲੈਕਸ਼ਨ 16 ਟੀਮ ਦੇ ਵਿੱਚ ਪੰਜਾਬ ਦੀ ਟੀਮ 'ਚ ਹੋਈ ਆ। ਹੁਣ ਅੱਗੇ ਉਹ 19 ਤਰੀਕ ਨੂੰ ਮੁੰਬਈ ਉਹਨਾਂ ਦੇ ਮੈਚ ਨੇਗੇ, ਜੋ ਇਹ ਨੈਸ਼ਨਲ ਮੈਚ ਨੇਗੇ। ਮੈਂ ਦੁਆ ਕਰਦਾ ਗਾ ਸ਼ਬਨਮ ਨੂੰ ਨੈਸ਼ਨਲ ਦੇ ਵਿੱਚ ਉਹ ਚੰਗਾ ਪਰਫੋਰਮ ਕਰੇ, ਅਤੇ ਇੰਡੀਆ ਦੇ ਲਈ ਉਹ ਆਪਣੀ ਜਗ੍ਹਾ ਪੱਕੀ ਕਰੇ ਅਤੇ ਡਿਜ਼ਰਵ ਕਰੇ। ਸਾਡੀ ਇਹੀ ਉਮੀਦ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇੰਡੀਆ ਦੇ ਲਈ ਖੇਡਣ ਨੂੰ ਮਿਲੂਗਾ। ਹੋਰ ਕੁਛ ਬੋਲੋ। ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ